ਅੱਜ ਆ ਸੰਸਾਰ ਲਾ ਰਹੇ ਲਾਈਟਾਂ ਵੀ ਤਾਰਾਂ ਸਾਡੀਆਂ ਗਈਆਂ ਨੇ ਮੁੱਖ, ਮਤਲਬ ਘਰਾਂ ਦੀ ਨਹੀਂ ਮੁੱਕੀਆਂ ਹੁਣ ਤਾਰਾਂ ਮੁੱਕੀਆਂ, ਵੀ ਚੌਵਾਂ ਕਮਰਿਆਂ ਜੈਸਾ ਪਾ ਛੁੜੀਆਂ ਅੰਦਰ ਬਾਹਰ ਬਰਾਂਡਾ ਰਾਂਦਾ ਸਾਰਾ। ਅੱਜ ਲੈਂਦੇ ਹਾਂ ਫਿਰ ਲਾਈਟਾਂ ਅਤੇ ਸ਼ੀਟਾਂ ਜੇ ਨਾਲ ਅਣਗੇ ਇਸ ਸ਼ੀਟਾਂ ਕੀ ਜਾਂਦੇ ਨੇ ਵੀ ਅਣਗੇਂਦੇ ਪਏ ਹਾਂ ਅਣਗੇ ਛੋੜੀਆਂ, ਪੈਰਾਂ ਤਾਂ ਨਾ ਰੱਖੀ ਮੈਡਮ, ਪੈਰ ਖਰਾਬ ਕਰਨ ਲੱਗੀ ਹੈ ਇਸ ਚੀਚੀ ਉਂਗਲੀ 'ਤੇ, ਮੈਂ ਲੱਗੀ ਹੈ ਛਿਣੀ 'ਤੇ ਉਸ 'ਤੇ ਜੰਮੀ ਰਾਤ ਹੋ ਤਾਲੇ ਤੱਕ ਮੈਂ ਦਰਦ ਰੱਖ ਰਹਿੰਦਾ। ਹਾਂ ਇਸ ਕਦਾਂ ਦੇ ਓਲਡਰ ਬਲਬ ਲੈ ਲੱਗੇ, ਛੱਤੇ 'ਤੇ ਲੱਗੇ ਲਾਈਟਾਂ ਅਤੇ ਇਹ ਫੈਨ ਸ਼ੀਟ ਲੱਗੀ ਹੈ ਜੀ। ਅੱਜ ਬਾਹਰ ਦੀ ਵੀ ਸੂਰਤ ਆ ਤਕਾਸ਼ ਹੋਣਾ ਵੀ ਅੱਜ ਜੜਾ ਨਾ ਹਲਕੀ ਹਲਕੀ ਬਾਰਿਸ਼ ਹੁੰਦੀ ਪਈ ਸੁਬਹ ਦੀ, ਅਤੇ ਅੱਜ ਸੁਬਹ ਦੀ ਸਰਦੀ ਵੀ ਵਾਹ ਵਾਹ ਕਾਫੀ ਹੈ। ਫਿਰ ਤੱਕ ਸਾਡਾ ਸਾਰਾ ਸਮਾਨ ਪਏ ਆ, ਡਰਿੱਲ ਵਗੈਰਾ ਸ਼ੀਟਾਂ ਹੋਲਡਰ ਸ਼ੀਟ, ਬਾਕੀ ਇਸ ਕਮਰੇ ਦੀ ਸ਼ੀਟ ਲੱਗ ਗਈ, ਉਸ ਦੀ ਲੱਗ ਗਈ ਹੈ, ਇਸ ਦੀ ਵੀ ਲੱਗ ਗਈ ਹੈ, ਆਖਰੀ ਦੌਰ ਆਉਂਦੇ ਨਾਲ ਅਤੇ ਬਾਕੀ ਬਾਹਰ ਆਈ ਸੀ ਅਤੇ ਤਾਰਾਂ ਪਾਣੀਆਂ ਵੀ ਰਹਿਣੀਆਂ ਕਿਉਂਕਿ ਤਾਰਾਂ ਸਾੜੀਆਂ ਗਈਆਂ ਮੁੱਖ, ਤਾਰਾਂ ਆਓ ਸੁਣ ਅਤੇ ਤਾਂ ਕੰਮ ਸ਼ੁਰੂ ਹੋ ਸੀ ਅੱਗੇ, ਅਤੇ ਤਾਰਾਂ ਆਉਣੀਆਂ ਵੀ ਪਿੰਡੀਆਂ ਜਿਵੇਂ ਰਹਿ ਚੈੱਕ ਕਰੋ ਜਿਹੜਾ ਇਹ ਪਰਨਾਲਾ ਜਿੱਥੋਂ ਪਾਣੀ ਛੱਤਾਂ ਦੇ ਥੱਲੇ ਪੈਂਦਾ, ਇਹ ਤਾਂ ਕੋਈ ਸਾਕਟ ਵਿੱਚ ਲੱਗੀ ਹੈ, ਪੈਪ ਜਿਹੜਾ ਨਾ ਪੂਰਾ ਫੁੱਲ ਨਹੀਂ ਚੜਿਆ, ਉਹ ਪਰ ਉਹ ਅੱਗੇ ਨਿਕਲਿਆ ਪੈਪ, ਅਤੇ ਜਿਸ ਲਈ ਪਾਣੀ ਆਉਂਦਾ ਹੁਣ ਪਿੱਛੇ ਦੀਵਾਰਾਂ 'ਚੋਂ ਨਿਕਲਦਾ ਪਾਣੀ, ਮਤਲਬ ਪਰਨਾਲੇ ਵਿੱਚ ਬੰਦੇ ਹੀ ਖੋਲ੍ਹੇ, ਅਤੇ ਹੁਣ ਸਾਈਡਾਂ ਦਾ ਰੁਜੜਾ ਨਾ ਕਟਾਈ ਕਰਕੇ ਸਾਕਟ ਅੱਗੇ ਟੁਰਨੀ ਹੈ ਤਾਂ ਜੀ ਪੈਪਾਂ ਵਿੱਚ ਫਿਕਸ ਆ ਗਏ। ਅੱਛਾ ਅਸਲਾਮ ਵਾਲੇਕੁਮ ਜੀ, ਕੀ ਹਾਲ ਨੇ ਸਾਰਿਆਂ ਦੇ, ਸਾਰੇ ਠੀਕ ਠਾਕ, ਉਮੀਦ ਕਰੇ ਨਾ ਸਾਰੇ ਖਰੀਦ ਨਾ ਰੋਸ, ਮੈਂ ਮੁਹੰਮਦ ਦੈਫਾ, ਤੁਸੀਂ ਦੇਖ ਰਹੇ ਯੂਟਿਊਬ ਚੈਨਲ ਦੈਫੀ ਮੋਟਰ ਦਾ। ਸੁਬਹ ਸੁਬਹ ਅੱਜ ਫਿਰ ਜੁਲਿਆ ਕੰਮ ਤਾਂ ਅੱਜ ਆਇਆ, ਅਤੇ ਵੈਸੇ ਜੁੰਮਾ ਲੇਕਿਨ ਅੱਜ ਛੋਟਾ ਜਿਹਾ ਕੰਮ ਹੈ, ਕੰਮ ਆ ਗਿਆ ਤਾਂ ਮੈਂ ਚਲੋ ਯਾਰ ਘਰ ਛੋੜਾ ਜੁੰਮੇ ਦੇ ਪਹਿਲਾਂ ਠੀਕ ਹੈ, ਅਤੇ ਤਾਂ ਕੋਈ ਤਵੀਜ਼ ਵੀ ਆਏ ਪੈਣ ਸਾਡੇ ਸਾਡੇ ਵੀ ਯਕੀਨ ਹੋ ਸਾਰਿਆਂ ਦੇ ਆ ਗਿਆ ਉਸ ਸਾਡੇ ਤ੍ਰੈ ਬਿੱਲ 2 ਮੀਟਰ ਇਸ ਕਰੇ ਦੇ ਅਤੇ ਬਾਕੀ ਇੱਕ ਪ੍ਰਕਾਰ ਹੈ ਉਸਦਾ, ਟੋਟਲ ਕਿੰਨਾ ਬਿੱਲ ਹੈ, ਇੱਕ ਦਾ ਆ ਗਿਆ 88 ਅਤੇ ਹੋ ਗਿਆ 416 ਅਤੇ ਇੱਕ ਦਾ ਫਿਰ 88, ਟੋਟਲ ਹੁਣ ਤੁਸੀਂ ਗਿਣ ਗਏ ਨਾ ਬਈ ਕਿਤਨਾ ਬਿੱਲ ਬਣਦਾ, ਅਤੇ ਕਮੈਂਟ ਇੱਦਾਂ ਸਹਿ ਵੀ ਕਿਤਨਾ ਬਣਿਆ, ਧੁੰਦ ਚੈੱਕ ਕਰੋ ਕਿਤਨੀ ਜ਼ਿਆਦਾ ਧੁੰਦ, ਇੱਥੇ ਤਾਂ ਫਿਰ ਕੁਛ ਸ਼ਾਇਦ ਦਿਸਦੀ ਪਈ ਹੈ, ਪਰ ਖੁੱਲ੍ਹੀ ਜਾਈ ਬਿਲਕੁਲ ਕੁਛ ਹੈ ਨਹੀਂ ਦਿਸਦੀ, ਜਿਵੇਂ ਹੀ ਅੱਜ ਕੋਰ ਬੈਠਾ ਆਲੂ ਸੀ ਜਾਂ ਆਲੂ ਸੀ ਕਿਹੜਾ, ਇਹ ਤਾਂ ਆਪਣੀ ਆ ਸਰਦੀ ਹੈ, ਤੇਰਾ ਅਗਰ ਲੈ 9 ਵਜੇ ਨਾ ਅੱਜ ਤੂੰ 8 ਵਜੇ ਆਇਆ, ਜਦੋਂ ਧੁੱਪ ਜਿਸ ਵੇਲੇ ਧੁੱਪ ਚੜ੍ਹਦੀ ਹੈ ਤਾਂ 9 ਵਜੇ ਆਉਂਦਾ, ਅੱਜ ਸਰਦੀ ਹੈ ਤਾਂ ਅੱਜ ਆਇਆ 8 ਵਜੇ, ਵਾਹ ਜੀ ਤਾਂ ਵਾਹ, ਹੁਣ ਜਿੰਨੇ ਸਮਾਨ ਜਾਣ ਚਿਣੀ ਥੋੜ੍ਹਾ ਜਸਾਂ ਗੋਰੀ ਜਗ੍ਹਾ 'ਤੇ ਕੰਮ ਕਰਨਾ ਇੱਕ ਕਮਰੇ 'ਤੇ ਚਿਣੀ ਥੋੜ੍ਹਾ ਜਾਣ ਚੱਲਿਆ, ਅੱਜ ਤੁਸੀਂ ਇੱਥੋਂ ਦੇ ਚੈੱਕ ਕਰੋ ਸਭ ਬਸ ਬੋਏ ਹੋਏ, ਕੋਈ ਬੰਦਾ ਨਾ ਬੰਦੇ ਦੀ ਦਾਤ ਦਿਸਦੀ ਕੋਈ ਨਹੀਂ ਪਈ ਵੀ ਕਿਉਂਦਾ ਪਿਆ ਜਾਂ ਨਹੀਂ, ਅੱਜ ਸਾਡਾ ਆਪਣਾ ਕੰਮ ਹੈ ਖਰਚਾ ਸ਼ਰਚਾ ਬਣਾ ਸਵੇਰੇ ਸਵੇਰੇ ਖੁੱਲ੍ਹੇ ਵੀ ਆ ਜਾ ਅੱਜ ਵਕਤ ਹੀ ਕੰਮ ਤੋਂ ਕੰਮ ਤਾਂ ਆ ਰਹੇ ਹਾਂ, ਪਹਿਲਾਂ ਪੈਰ ਕੀ ਜਿਟਾਉਣ ਕਰ ਸਾਂ ਦਿਹਾੜੀ ਕੰਮ ਜੁੰਮੇ ਤੋਂ ਪਹਿਲਾਂ ਕੰਮ ਮੁੱਕ ਸੀ ਸਾਡਾ, ਫਿਰ ਅੱਲਾ ਰਾਤੀ ਰਾਤੀ ਵਜਾ ਦਾ ਸਾਲੀ ਪੱਪੂ ਰੋਣਾ ਕਰ ਨਹੀਂ ਪਾਈ ਜਾ ਪੱਪੂ ਨਾ ਸੁਣਨ ਦੀ ਸਹੀ ਗੱਲ ਹੈ, ਵੀਵਰ ਆ ਗਿਆ ਜਿੱਥੇ ਅਸੀਂ ਕੱਲ੍ਹ ਕੰਮ ਲੱਗੇ ਰਹੇ ਹਾਂ, ਇੱਥੇ ਅੱਜ ਦਾ ਸਾਡਾ ਕੰਮ ਕੋਈ ਨਹੀਂ ਚਾਲ ਹੀ ਨਹੀਂ ਹੈ ਕਿਉਂਕਿ ਤਾਰਾਂ ਮੁੱਕੀਆਂ ਵਧੀਆਂ, ਅੱਜ ਚਾਹੁੰਦੇ ਹਾਂ ਆਪਣੇ ਉਤਾਰ ਅਤੇ ਨਿਕਲਦੇ ਹਾਂ, ਇੱਥੇ ਅੰਦਰ ਰੱਖੇ ਤੁਸਾਂ ਮੈਂ ਦੱਸ ਹੁਣ ਤਾਂ ਜੀ ਰਾਤੀ ਆ ਚਾਹ ਖੜੇ ਬਣੇਗਾ ਸਾਡੇ ਉਤਾਰ ਚੁਚੂ ਥੋੜ੍ਹਾ ਘੱਟ ਗਿਆ ਲੈਵਲ, ਚਾਹ ਖਾਣ ਯਾਰ ਹੁਣ ਜ਼ਰੂਰਤ ਨਹੀਂ ਹੈ ਬਾਹਰ ਹੀ ਜਾਣਾ ਅੱਜ ਕੱਲ੍ਹ ਬਾਹਰ ਚਾਹ ਗਿਆ ਬਸ ਹੈ ਇੰਚੀ ਟੇਪ ਚਾਹ ਗਿਣੋ ਕਰੰਟੀ ਯਾਰ ਕਾਰ ਪਈ ਇੱਥੇ ਪਈ ਇਸ ਵਿੱਚ ਹਾਂ ਚਾਹ ਗਿਣ
ਫੀਵਰ ਇਹ ਸਮਾਨ ਅਸਾਂ ਚਸ਼ਿਆਂ ਦੀ ਕੱਢਿਆ ਹਰੀ ਬਲੇਡ ਕਰੰਡੀ ਛੁਣੀ ਥੋੜ੍ਹਾ ਜਮਾਣਾ ਸਿਰਫ ਛੁਣੀ ਥੋੜ੍ਹਾ ਕਣਕ ਨੂੰ ਪਲਾਸ ਕਰੂੰ ਚਾਹ ਕੇ ਪਲਾਸ ਜ਼ਰੂਰਤ ਕੋਈ ਪਲਾਸ ਜ਼ਰੂਰਤ ਕਰੂੰਗਾ ਅੰਦਾਜ਼ਨ ਚਾਹ ਕਿਸਾਨ ਕੀ ਪਤਾ ਕੋਈ ਅੱਖ ਤਾਰ ਛਾਰ ਲਾ ਦਿਓ ਜਾਂ ਕੋਈ ਬੋਰਡ ਛੋੜੇਗਾ ਹੋਰ ਵੀ ਤੈਨੂੰ ਪਤਾ ਸਾ ਉਹ ਕੰਮ ਖੁਲਵਾਉਂਦੇ ਪਤਾ ਕਿਸੇ ਨੇ ਘਰ ਵਾਲ ਬਣ ਜਾਵੇ ਲੈਵਲ ਨਾ ਚਾਹੁੰਦਾ ਬੋਰਡ ਤਾਂ ਫਿੱਟ ਹੀ ਹੋ ਸੀ ਪਰ ਚਲੋ ਅੱਜ ਮੈਂ ਤੱਕ ਕਹਿ ਰਿਹਾ ਨਿੱਕਾ ਜਾ ਕੇ ਸਕੂਲਾਂ ਚੱਲਾ ਅਸੀਂ ਕਈ ਵੇਲੇ ਬੈਗੜੀ 'ਚ ਪਾਈ ਪਹਿਨਦੇ ਹੁੰਦੇ ਸਾਡਾ ਕਹਿਣਾ ਸੀ ਏ ਘਰ ਹੈ ਚੋ ਹੈਲੋ ਫੀਵਰ ਪਹੁੰਚ ਗਿਆ ਜਿੱਥੇ ਕੰਮ ਕਰਨਾ ਉੱਥੇ ਕੰਮਾਂ ਦੀ ਜਗ੍ਹਾ ਜਾ ਫੀਵਰ ਰਸਤੇ ਨਹੀਂ ਬੜੀਆਂ ਚਾਦਰਾਂ ਲੈ ਗਈਆਂ ਲੇਕਿਨ ਇਹ ਦੋ ਤਿੰਨ ਦਿਨ ਮੌਸਮ ਰਿਹਾ ਫਿਰ ਅਸਾਂ ਲੋਈਆਂ ਵੱਲ ਹੇਠ ਗਈਆਂ ਅਤੇ ਇੱਕ ਹੋਰ ਦਸਾਂ ਮੈਂ ਗੱਲ ਦੱਸਾਂ ਮੈਂ ਅੱਜ ਉਹ ਤ੍ਰੀਆ ਦਿਨ ਆਪਣੇ ਵਾਲਾਂ ਘੱਗੀ ਕਿਉਂ ਨਹੀਂ ਕੀਤੀ ਹੁਣ ਮੈਂ ਵਾਲਾਂ ਦੀ ਹਾਲਤ ਚੈੱਕ ਕਰੋ ਘੱਗੀ ਕਿਉਂ ਨਹੀਂ ਕੀਤੀ ਕਿਉਂਕਿ ਕੰਮਾਂ ਤਾਂ ਮੰਨਦੇ ਰਹੇ ਅਤੇ ਕੰਮਾਂ ਤਾਂ ਸਾਡਾ ਛਿਣੀਏ ਥੋੜ੍ਹਾ ਵਾਲਾ ਕੰਮ ਇਹ ਜਿਹੜੇ ਤਾਂ ਫੈਨ ਬਕਸ ਨਹੀਂ ਆਉਂਦੇ ਜਿੱਥੇ ਪੱਖਾ ਲੱਗਦਾ ਇਹ ਜਿਹੀਆਂ ਡੱਬੀਆਂ ਛੱਬੀਆਂ ਅਤੇ ਫੈਨ ਬਕਸ ਸਾਰੇ ਸਾਫ਼ ਕਰਨੇ ਤਾਂ ਉਹ ਜਿਸਲੇ ਪਲਸਤਰ ਵਾਲਾ ਆਉਂਦਾ ਨਾ ਥੱਲੇ ਰੇਤ ਟਾਹਲੀ ਸਿੱਧੀ ਟਾਹਲੀ ਹੈ ਸਿਰੇ ਵਿੱਚ ਤਾਂ ਇਸ ਵਜ੍ਹਾ ਤੋਂ ਫਿਰ ਮੈਂ ਟੋਪੀ ਪਾ ਕੇ ਰਿਹਾ ਕੱਲ੍ਹ ਵੀ ਪਰਸੋਂ ਵੀ ਤਾਂ ਅੱਜ ਫਿਰ ਕੰਮ ਹੈ ਸਾਡਾ ਛੁਣੀਏ ਥੋੜ੍ਹੇ ਜਿਹੇ ਲਈ ਤਾਂ ਅੱਜ ਜੰਮੇ ਟਾਈਮ ਜਿਸ ਟਾਈਮ ਵਸਾਂ ਤਾਂ ਨਾ ਤਾਂ ਘੱਗੀ ਫਿਰ ਕੇ ਵਸਾਂ ਅਤੇ ਸਿਲਕੀ ਵਾਲਾਂ ਦਾ ਹੀ ਤਾਂ ਫਾਇਦਾ ਹੋਣਾ ਸੁਬਹ ਸੁਬਹ ਉੱਠ ਕੇ ਮੈਂ ਜੇ ਹੱਥਾਂ ਨਾਲ ਬਸ ਵਾਲ ਸਿੱਧੇ ਕੇ ਜਾਂ ਟੋਪੀ ਪਾ ਦਿੱਤੀ ਹੈ ਹੁਣ ਚਾਦਰ ਸ਼ਾਦਰ ਇੱਥੇ ਲੈਂਦੇ ਹਾਂ ਇੱਥੇ ਅਤੇ ਕੋਟ ਵੀ ਲਾ ਛੋੜਿਆ ਕਿਉਂਕਿ ਕੰਮ ਕਰ ਸਕਾਂ ਗਰਮੀ ਆ ਵਿੱਚ ਨਾਲੇ ਗੰਦਾ ਤਾਂ ਵੀ ਹੋਇਆ ਚਲੋ ਥੋੜ੍ਹਾ ਜਿਹਾ ਬਚਦਾ ਸੀ ਅਤੇ ਚਾਦਰ ਸ਼ਾਦਰ ਲਾ ਛੁੜੀਏ ਅਤੇ ਫਿਰ ਇਹਨੇ ਆਪਣਾ ਕੰਮ ਸਟਾਰਟ ਵੀਵਰ ਆ ਗਿਆ ਅੰਦਰ ਅਤੇ ਇਸ ਕਮਰੇ 'ਚ ਅਸਾਂ ਕਰਨੀ ਹੈ ਜਿਹੜਾ ਵਾਇਰਿੰਗ ਇੱਕ ਡੱਬੀ ਉੱਥੇ ਦੇਣੀ ਹੈ ਅਤੇ ਇੱਕ ਇੱਥੇ ਉਹ ਸੀ ਅਤੇ ਇੱਥੋਂ ਇੰਜ ਉੱਥੇ ਟੋਰ ਕੇ ਤਾਂ ਇੱਥੇ ਪੱਖੇ ਦਾ ਪੁਆਇੰਟ ਅਸੀਂ ਛੋੜਦੇ ਸਾਂ ਇੱਥੇ ਦੋ ਡੱਬੇ ਉਸ ਨੇ ਕੁੱਤੇ ਥੱਲੇ ਮੇਨ ਉੱਥੋਂ ਆਵੇ ਸੀ ਬਸ ਇਹ ਕੁਝ ਕਮਰੇ ਦਾ ਅੱਜ ਸਾਡਾ ਕੰਮ ਹੈ ਛੋਟਾ ਜਿਹਾ ਕੰਮ ਹੈ ਇਨ ਸ਼ਾ ਅੱਲਾ ਜੰਮੇ ਤੋਂ ਪਹਿਲਾਂ ਅਸੀਂ ਮੁਕਾ ਛੁੱਟਦੇ ਹਾਂ ਵੀ ਲਾਲਾ ਸੁਣ ਕੇ ਤਾਂ ਪੁੱਛ ਡੱਬਾ ਬਣਾ ਛੋੜਿਆ ਸੀ ਕਿਹਾ ਬਾਹਰ ਇੱਕ ਉੱਥੋਂ ਲਾਈਟ ਉੱਤੇ ਪਿਆ ਸੀ ਉਹ ਤੱਕ ਚੇਰੀ ਲੱਗ ਗਈ ਹੈ ਜਿਹੜੀ ਮੇਨ ਆਉਣੀ ਹੈ ਵੀ ਚੇਰੀ ਲੱਗ ਗਈ ਹੈ ਇੱਥੇ ਤੱਕ ਪਿੱਛ ਪੱਲੇ ਡੀ ਪੀ ਹੈ ਉੱਥੋਂ ਪੈਪ ਛਿੱਕ ਆਇਆ ਸੀ ਇੱਥੇ ਕਿੰਨਾ ਸਾਂ ਥੱਲੇ ਵੀ ਹੋ ਗਿਆ ਚਲੋ ਸਹੀ ਹੋ ਗਿਆ ਆਸਮ ਸਾਹਿਬ ਬਣਾਇਆ ਰਹੇ ਮਸਾਲਾ ਪਾਣੀ ਹਲਵਾ ਬਣਾ ਛੋੜਨਾ ਪਾਣੀ ਬਹੁਤ ਜ਼ਿਆਦਾ ਪਾ ਛੋੜਨਾ ਰੇਤ ਪਾ ਕੇ ਤਾਂ ਮਿਕਸ ਕਰ ਰਹੇ ਕਿਉਂਕਿ ਉਚਾਈਆਂ ਛੜੀਆਂ ਮਾਰ ਕੇ ਦਿਆਂ ਲਾਉਣ ਲੈਂਦੇ ਹਾਂ ਬੋਰਡ 'ਚੋਂ ਕਿਉਂ ਨਹੀਂ ਆਸਮ ਸਾਹਿਬ ਅੱਜ ਵੈਸੇ ਮੌਸਮ ਹੀ ਅੱਜ ਵੈਸੇ ਮੌਸਮ ਹੀ ਕੜਾਹੀ ਵਾਲਾ ਕਦੇ ਪੈਸੇ ਲੱਭੇ ਤਾਂ ਫਿਰ ਕੜਾਹੀ ਉਸੀ ਨਾ ਇਹਨੇ ਵੀ ਸਿਰਫ ਤਾਂ ਮੈਂ ਕਈ ਹੋ ਰਹੀਆਂ ਨਾਰ ਲਾ ਕੇ ਸਾਨੂੰ ਥੋੜ੍ਹੇ ਜਿਹੇ ਪੈਸੇ ਉਸ ਕੋਲ ਬਚਾ ਕੇ ਦੋ ਸੌ ਰੁਪਈਆ ਆ ਗਿਆ ਸਾਰਿਆਂ ਫੀਵਰ ਆ ਗਈ ਜੇ ਚਾਹ ਆਸ ਮੈਂ ਮੂੰਹ ਤੱਕ ਪਹੁੰਚੋ ਬਸ ਵੈਲਕਮ ਬੈਕ ਫੀਵਰ ਜੁੰਮਾ ਕਰਨਾ ਕੰਮ ਸ਼ੰਮ ਕਰਕੇ ਆ ਗਿਆ ਵਾਪਸ ਨਹਾ ਧੋ ਕੇ ਤਾਂ ਹੁਣ ਖਾਂਦੇ ਪਏ ਰੋਟੀ ਦੁਆ ਦਾਣਾ ਵੀ ਆਉਂਦੀ ਪਈ ਜੁੰਮੇ ਤੋਂ ਬਾਅਦ ਮਿਲ ਸਰ ਸਿੱਧਾ ਫੀਵਰ ਆ ਗਿਆ ਜੇ ਹਲਵਾ ਖਾ ਕੇ ਤਾਂ ਬਹਿੰਦੇ ਹਾਂ ਜੁੰਮੇ ਤੱਕ ਰਿਸ਼ਕਾਰ ਆਏ ਸਾ ਬਾਹਰ ਲਾਉਣ ਉਹ ਦਿਨ ਮੋਟਰ ਲਾ ਗਏ ਨਾ ਬਾਹਰ ਜੇ ਲਾਉਣੇ ਆ ਅਤੇ ਉਹ ਜਿਹੜਾ ਤਾਲਾ ਲੱਗਿਆ ਹੁਣ ਫਿਰ ਕਿਸ ਟਾਈਮ ਸਾ ਨਾ ਧੋ ਕੇ ਫਰੈਸ਼ ਹੋ ਗਿਆ ਹੈ ਵੀਵਰ ਅੱਜ ਆਏ ਹਾਂ ਆਪਣੇ ਗਰਾਊਂਡ 'ਚ ਸ਼ਹੀਦ ਕ੍ਰਿਕਟ ਗਰਾਊਂਡ ਭੈਣ ਸੁਨਸਾਨ ਜਾਵੇ ਜੇ ਸਰ ਮੈਚ ਆਉਂਦੇ ਨੇ ਤਾਂ ਚੋਂ ਆਪਾਂ ਸਤਸੰਗਾ ਹਰ ਚੀਜ਼ ਕੁਰਸੀਆਂ ਅਤੇ ਬੰਦੇ ਅਤੇ ਦੁਕਾਨਾਂ ਦੇ
ਗੇਂਦ ਚੁਣ ਨਹੀਂ ਆਉਂਦੀ ਤਾਂ ਉਂਝੇ ਆ ਕੇ ਘਰ ਰਾਤ ਤੱਕ ਨਾ ਅੱਗੇ ਗੇਂਦ ਪਿੱਛੇ ਨਿਕਲ ਗਈ ਬਚਾ ਗਿਆ ਮੁੜ ਕੇ ਰਸਤੇ ਚੋ ਗਿਆ ਪੈਟਰੋਲ ਖਤੋਂ ਆਹ ਸੁਣ ਤੇ ਛੇਤੀ ਕੱਪ ਲੈਂਦਾ ਅੱਗੇ ਅੱਗੇ ਡੰਗੂਰ ਮਾਰ ਅਸੀਂ ਪਿੱਛੇ ਪਿੱਛੇ ਮੋਟਰਸਾਈਕਲ ਟੋਰ ਕੇ ਪਿਖੜੇ ਆ ਹੁਣ ਸਾਈਕਲ ਪੈਂਦੇ ਆ ਕਾਰ ਫੂਕ ਛੋੜਾ ਜਿਹੜਾ ਆ ਚੱਲ ਆ ਵੈਲਕਮ ਬੈਕ ਵੀਵਰ ਰੋਟੀ ਛੋਟੀ ਖਾ ਗਈ ਹੈ ਅਤੇ ਸਾਡਾ ਪਲੈਨ ਬਣਦਾ ਪਿਆ ਲਤਫਾਲ ਕੱਲ੍ਹ ਵਾਲੀ ਵੀਡੀਓ 'ਚ ਦੱਸੇ ਆ ਬਈ ਲਤਫਾਲ ਆਉਣਾ ਪੱਪੂ ਸਿੰਗਰ ਹੈ ਅਤੇ ਉਹ ਅੱਜ ਕੋਈ ਸ਼ਾਦੀ ਪ੍ਰੋਗਰਾਮ ਅਤੇ ਮਹਿਫਿਲ ਮਸੀਕੀ ਹੈ ਉੱਥੇ ਜੁੜਨੇ ਆ ਪ੍ਰੋਗਰਾਮ ਬਣਦਾ ਪਿਆ ਸਰਦੀ ਬਹੁਤ ਸਾਰੀ ਹੈ ਅਤੇ ਪ੍ਰੋਗਰਾਮ ਬਣਦਾ ਪਿਆ ਬਾਕੀ ਵੀ ਸਾਡੇ ਨਾਲ ਸਾਡੇ ਰਿਸ਼ਤੇਦਾਰ ਉਹ ਵੀ ਗਏ ਸਨ ਅਤੇ ਅਲੀ ਆਲਰੇਡੀ ਸਵੇਰਾ ਦਾ ਉੱਥੇ ਹੀ ਹੈ ਉਸ ਫਲੀਮਾਂ ਖਾਣੇ ਆ ਅਤੇ ਅਸੀਂ ਵੀ ਰੋਟੀ ਛੋਟੀ ਖਾ ਰਹੇ ਹੁਣ ਪੈਂਦੇ ਹਾਂ ਪੈਟਰੋਲ ਪਵਾਉਂਦੇ ਹਾਂ ਪਹਿਲਾਂ ਤਾਂ ਕੀ ਕੰਮ ਕਰਨੇ ਵੀ ਪੈਟਰੋਲ ਮੁੱਕਿਆ ਪੈਟਰੋਲ ਪਵਾ ਕੇ ਦੁਪਹਿਰ ਚੱਲ ਆ ਤੁਸਾਂ ਵੀ ਇੰਜੋਏ ਕਰਾਉਂਦੇ ਹਾਂ ਪੱਪੂ ਦੀ ਪੱਪੂ ਸੁਣਾਉਂਦੇ ਹਾਂ ਤੁਸੀਂ ਸੁਣਵਾਉਂਦੇ ਹੋ ਠੀਕ ਹੈ ਜੀ ਅਤੇ ਵੀਡੀਓ ਨਾਲ ਜੁੜੇ ਰਹੇ ਅਤੇ ਚੈਨਲ ਨਾਲ ਸਬਸਕ੍ਰਾਈਬ ਵੀ ਕਰ ਰਹੇ ਪਹਿਲਾਂ ਉਸ ਵੀਵਰ ਪਹੁੰਚ ਕੇ ਹਾਂ ਘਰ ਟਾਈਮ ਹੋ ਗਿਆ 12:15 ਚਾਬੀਆਂ ਆਪੇ ਖੋਲ ਲਈਆਂ ਕਿਉਂਕਿ ਤਾਲਾ ਮੈਂ ਲਾ ਕੇ ਗਿਆ ਮੈਂ ਕਿਹਾ ਮੁੜ ਕੇ ਘਰਾਂ ਲਿਆਉਣਾ ਅੱਜ ਕਹਿੰਦੇ ਹੁਣ ਤਾਲਾ ਖੋਲ ਕੇ ਵੜਨੇ ਆ ਅੰਦਰ ਬਿਸਮਿਲ੍ਲਾ ਇਹ ਚਾਬੀ ਨਹੀਂ ਇਹ ਸ਼ਾਇਦ ਵੀਵਰ ਮੈਂ ਕੁੰਡੀ ਖੋਲ ਗਿਆ ਜੀ ਆਵਾਜ਼ ਆਇਆ ਸੀ ਤੁਹਾਨੂੰ ਸਾਰੇ ਜਾਗ ਪੋ ਸੁਣ ਫਾਈਨਲੀ ਵੀਵਰ ਪਹੁੰਚ ਗਿਆ ਆਪਣੇ ਘਰ ਅਤੇ ਟਾਈਮ ਹੋ ਗਿਆ ਹੁਣ 12:20 ਅਤੇ 20 ਮਿੰਟ ਅਤੇ ਮੋਟਰਸਾਈਕਲ ਛੋਟੇ ਕੋਲ ਖਲਵਾ ਛੋੜਿਆ ਅਤੇ ਹੁਣ ਇੱਥੇ ਕਰਿੰਦੇ ਹਾਂ ਅੱਜ ਦੀ ਬਲਕਿ ਇੱਕ ਹੋਰ ਗੱਲ ਸੁਣਦਾ ਸਾਂ ਬਈ ਇਹ ਜਿਹੜਾ ਪ੍ਰੋਗਰਾਮ ਹੈ ਨਾ ਜ਼ਿਆਦਾ ਉੱਚਾ ਨਾ ਉੱਭਰਦੇ ਕਿਉਂਕਿ ਪਰ ਸੁੱਤੇ ਪਏ ਸਾਰੇ ਹੋਟ ਕਲਾਸ ਇਹ ਜਿਹੜਾ ਪ੍ਰੋਗਰਾਮ ਹੈ ਇਸ ਮੈਂ ਵੱਖਰੇ ਵੀਡੀਓ ਜਿਹੜੀਆਂ ਨੇ ਅਪਲੋਡ ਕਰੇ ਸਾਂ ਇਹ ਇਸ ਵਲੋਗ ਵਿੱਚ ਅਪਲੋਡ ਨਾ ਕਰਾਂਦਾ ਕਿਉਂਕਿ ਇਹ ਤਕਰੀਬਨ ਕੋਈ 25-30 ਮਿੰਟ ਦੀ ਸਿਰਫ ਹੀ ਵੀਡੀਓ ਹੋ ਗਈ ਇਸ ਪ੍ਰੋਗਰਾਮ ਦੀ ਅਤੇ ਜਿਸ ਵੇਲੇ ਵਲੋਗ ਵਿੱਚ ਪਾਇਆ ਤਾਂ ਉਹ ਲੰਮੀ ਹੋਇਆ ਸੀ ਮਤਲਬ 40-50 ਮਿੰਟ ਤੋਂ ਆ ਜਿਹੜਾ ਸੀ ਅਤੇ ਇਸ ਵਜ੍ਹਾ ਤੋਂ ਵਲੋਗ ਪਹਿਲਾਂ ਅਪਲੋਡ ਕਰੇ ਸਾਂ ਅਤੇ ਜਿਹੜੀ ਦੂਜੀ ਵੀਡੀਓ ਨਾਲ ਪ੍ਰੋਗਰਾਮ ਵਾਲੀ ਉਹ ਵੱਖਰੇ ਅਪਲੋਡ ਕਰੇ ਸਾਂ ਅਤੇ ਇੱਥੇ ਕਰਿੰਦੇ ਹੁਣ ਅਸੀਂ ਅੱਜ ਦੀ ਵੀਡੀਓ ਦਾ ਐਂਡ ਅਤੇ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰੇ ਸੋ ਸਾਡੀ ਵੀਡੀਓ ਲਾਈਕ ਕਰੇ ਸੋ ਅਤੇ ਕਮੈਂਟ ਵੀ ਕਰ ਸਕਦੇ ਕਰੋ ਜਿਸ ਦਾ ਦਿਲ ਹੋਇਆ ਕਰ ਛੋੜੇ ਅਤੇ ਫਿਰ ਇਨਸ਼ਾਅੱਲਾ ਮਿਲ ਸਾਂ ਸੁਬਾਹ ਨਵੀਂ ਵੀਡੀਓ ਨਾਲ ਤਬ ਤੱਕ ਲਈ ਅੱਲਾ ਹਾਫਿਜ਼ ਖੁਸ਼ ਰਹੋ ਆਬਾਦ ਰਹੋ ਨਾਵਾਂ ਯਾਦ ਰੱਖੇ ਅੱਲਾ ਹਾਫਿਜ਼ ਬਾਏ।